ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 10 ਮਹੀਨਿਆਂ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੰਜਾਬ ਭਰ ਵਿੱਚ ਕਾਂਗਰਸ ਸਰਕਾਰ ਵਿਰੁੱਧ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨੇ ਦਿੱਤੇ ਗਏ। ਫਾਜ਼ਿਲਕਾ ਵਿੱਚ ਵੀ ਭਾਜਪਾ ਆਗੂਆਂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਂਗਰਸ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੂੰ 10 ਮਹੀਨੇ ਹੋ ਗਏ ਹੈ, ਜਿਹੜੇ ਕਿ ਇਹ ਵਾਅਦੇ ਤੇ ਵਾਅਦੇ ਕਰਕੇ ਸਰਕਾਰ ਬਣੀ ਸੀ। ਇਹਨਾਂ ਨੇ ਰਿਟਰਨ ਲਿਖ ਲਿਖ ਕੇ ਫਾਰਮ ਭਰਾ ਕੇ ਲੋਕਾਂ ਨੂੰ ਵਾਅਦੇ ਕੀਤੇ ਸੀ, ਲੋਕਾਂ ਦੀ ਉਮੀਦਾਂ ਬਹੁਤ ਜਗਾਈਆਂ ਸੀਗੀਆਂ, ਜਿਹੜੀਆਂ ਕਿ 1% ਵੀ ਇਹ ਵਾਅਦੇ ਪੂਰੇ ਨਹੀਂ ਕਰ ਸਕੇ 10 ਮਹੀਨੇ ਦੇ ਵਿੱਚ ਵਿੱਚ। ਇਹਨਾਂ ਦੇ ਮੰਤਰੀ ਰੇਤੇ ਬਜਰੀ ਵਾਸਤੇ ਜਿਹੜੇ ਇੱਕ ਇਹਨਾਂ ਦੇ ਮੰਤਰੀ ਦੇ ਇਲਜ਼ਾਮ ਲੱਗੇ ਉਹ ਰਿਜ਼ਾਈਨ ਕਰ ਰਹੇ ਹੈ। ਇੱਥੋਂ ਸਾਫ਼ ਕਲੀਅਰ ਹੋ ਰਿਹਾ ਵੀ ਇਹ ਸਰਕਾਰ ਝੂਠਿਆਂ ਦੀ ਸਰਕਾਰ ਹੈ ਅਤੇ ਇਹਨਾਂ ਨੇ ਤਾਂ ਇੱਥੇ ਆ ਕੇ ਇੱਕ ਤਰ੍ਹਾਂ ਦਾ ਕਬਜ਼ਾ ਹੀ ਕਰਨਾ ਸੀਗਾ, ਹੋਰ ਕੁਛ ਨਹੀਂ। ਰੋਸ ਧਰਨਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲਾਇਆ ਜਾ ਰਿਹਾ ਹੈ, ਕਿਉਂਕਿ 10 ਮਹੀਨਿਆਂ ਦੇ ਵਿੱਚ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਸੀਗੇ ਕਿਸਾਨਾਂ ਤੋਂ, ਉਹ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਨੇ ਜਿਹੜਾ ਹੈ ਵੀ ਜਨਤਾ ਦੇ ਨਾਲ ਧੋਖਾ ਕੀਤਾ ਹੈ, ਔਰ ਜਿਵੇਂ ਉਹਨਾਂ ਨੇ ਚੁਣਾਵ ਮੈਨੀਫੈਸਟੋ ਦੇ ਵਿੱਚ ਜਿੰਨੀਆਂ ਗੱਲਾਂ ਕੀਤੀਆਂ ਸੀਗੀਆਂ ਉਹਨਾਂ ਗੱਲਾਂ ਦੇ ਵਿੱਚ ਇੱਕ ਵੀ ਗੱਲ ਦੇ ਉੱਤੇ ਉਹ ਖਰੇ ਨਹੀਂ ਉਤਰੇ। ਭਾਵੇਂ ਉਹ ਕਰਜ਼ਾ ਮਾਫੀ ਦੀ ਗੱਲ ਹੋਵੇ, ਭਾਵੇਂ ਉਹ ਨੌਕਰੀ ਦੇਣ ਦੀ ਗੱਲ ਹੋਵੇ, ਭਾਵੇਂ ਕੋਈ ਸਗਨ ਸਕੀਮ ਦੀ ਗੱਲ ਹੋਵੇ, ਕਿਸੇ ਵੀ ਗੱਲ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਨੇ ਜਿਹੜਾ ਹੈ ਵੀ ਕੋਈ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਔਰ ਇਹ ਵਾਅਦਿਆਂ ਨੂੰ ਵਾਅਦਾ ਖਿਲਾਫੀ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਵੀ ਇਹ ਧਰਨੇ ਲਾ ਰਹੀ ਹੈ, ਔਰ ਉਸ ਦੇ ਤਹਿਤ ਹੀ ਫਾਜ਼ਿਲਕਾ ਦੇ ਵਿੱਚ ਅਰੁਣ ਜੀ ਨਾਰੰਗ ਅਤੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਿਆਕਰਤਾ ਇਕੱਠੇ ਹੋ ਕੇ ਔਰ ਇਸ ਧਰਨਾ ਲਾ ਰਹੇ ਹੈ। ਮੈਂ ਇਸ ਸਰਕਾਰ ਦੀ ਘੋਰ ਨਿੰਦਿਆ ਕਰਦਾ ਅਤੇ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਦਾ ਕਿ ਅਗਰ ਜਨਤਾ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਹੋਰ ਧੋਖੇ ਕੀਤੇ ਤਾਂ ਜਨਤਾ ਨੇ ਤੁਹਾਨੂੰ ਜਿਹੜਾ ਹੈ ਵੀ 2019 ਦੇ ਵਿੱਚ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਤੁਸੀਂ ਵੇਖ ਲਓਗੇ। ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘਬਾਇਆ ਨੇ ਭਾਜਪਾ ਦੇ ਇਸ ਧਰਨੇ ਨੂੰ ਡਰਾਮਾ ਕਰਾਰ ਦਿੱਤਾ। ਬੀਜੇਪੀ ਨੇ ਫਾਜ਼ਿਲਕਾ ਸ਼ਹਿਰ 'ਚ ਕੋਈ ਧਰਨਾ ਲਾਇਆ, ਮੈਨੂੰ ਹੁਣੇ ਪਤਾ ਲੱਗਿਆ ਕਿ ਉਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਪ੍ਰਸ਼ਾਸਨ ਤੋਂ, ਅਤੇ ਜਿਹੜੇ ਸ਼ਹਿਰ ਦੇ ਵਿੱਚ ਕੁਝ ਜਗ੍ਹਾ ਨਿਸ਼ਚਿਤ ਕੀਤੀਆਂ ਗਈਆਂ ਵੀ ਉੱਥੇ ਧਰਨਾ ਲਾ ਸਕਦੇ ਆ ਲੋਕ ਕਿਸੇ ਵੀ ਪ੍ਰੋਟੈਸਟ ਕਰਨਾ ਹੋਵੇ, ਤਾਂ ਉਹ ਵੀ ਜਿਹੜੀ ਜਗ੍ਹਾ ਹੈ ਉਹ DC ਆਫਿਸ ਦੇ ਮੇਨ ਰੋਡ 'ਤੇ ਜਿਹਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ, ਅਤੇ ਉਸ ਚੀਜ਼ ਦੀ ਵੀ ਉਹਨਾਂ ਕਿਸੇ ਤੋਂ ਪਰਮਿਸ਼ਨ ਨਹੀਂ ਲਈ। ਸੋ ਇਹ ਪ੍ਰਸ਼ਾਸਨ ਹੁਣ ਜੋ ਵੀ ਬਣਦੀ ਕਾਰਵਾਈ ਇਹਨਾਂ ਖਿਲਾਫ਼ ਕਰੇਗਾ। ਸੋ ਜੋ ਉਹਨਾਂ ਧਰਨਾ ਲਾਇਆ ਕਿ ਸਰਕਾਰ ਵਾਅਦੇ ਨਹੀਂ ਪੂਰੇ ਕਰ ਰਹੀ, ਪੰਜਾਬ ਗਵਰਨਮੈਂਟ ਨੇ ਬਣਦਿਆਂ ਸਾਰ ਹੀ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ, ਜਿਹਦੀ ਕਿ ਪਹਿਲੀ ਕਿਸ਼ਤ ਉਹ ਆ ਚੁੱਕੀ ਹੈ 2.5 ਕਿੱਲਿਆਂ ਤੱਕ, ਜਿਹੜੀ 5 ਕਿੱਲਿਆਂ ਤੱਕ ਆਉਣੀ ਹੈ ਥੋੜ੍ਹੇ ਦਿਨਾਂ 'ਚ ਉਹ ਵੀ ਆ ਜੂਗੀ। ਸੋ ਜੋ ਵੀ ਅਸੀਂ ਇਲੈਕਸ਼ਨ ਦੌਰਾਨ ਪੰਜਾਬ ਸਰਕਾਰ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਉਹ ਅਸੀਂ ਪੂਰੇ ਕਰ ਰਹੇ ਹਾਂ। ਸੋ ਲੋਕਾਂ ਇਹ ਤਾਂ ਲੋਕ ਜਾਣਦੇ ਵੀ ਵਾਅਦੇ ਪੂਰੇ ਕਰ ਰਹੇ ਕਿ ਨਹੀਂ ਕਰ ਰਹੇ, ਇਹਨਾਂ ਦਾ ਤਾਂ ਇੱਕ ਡਰਾਮਾ ਹੁੰਦਾ ਕਰਨਾ ਹੁੰਦਾ, ਸੋ ਇਹ ਕਰੀ ਜਾਂਦੇ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਰੰਤ ਸਬਸਕ੍ਰਾਈਬ ਕਰੋ ਪ੍ਰਾਈਮ ਪੰਜਾਬ ਨਿਊਜ਼।